कपूरथला में डीसी निवास स्थान के कुछ मीटर की दूरी और सेशन जज निवास के सामने 7 अक्टूबर को एमआईसी शोरूम पर हुई फायरिंग के मामले को लेकर जिला पुलिस ने बड़ी कामयाबी हासिल की है। नॉर्थ इंडिया में फिरौती मांगने वाले एक्टिव गैंग का भी पर्दाफाश किया है। कपूरथला पुलिस लाइन में मीडिया को जानकारी देते हुए एसएसपी जिला कपूरथला ने बताया कि शोरूम मालिकों द्वारा महंगी कारों से संबंधित सोशल मीडिया पर डाली गई पोस्ट को देख कौशल चौधरी ग्रुप से जुड़े 2 शूटरों ने फायरिंग की थी और एक दिन पहले शोरूम में पहुंचकर डेटा केबल खरीदने के बहाने रेकी भी की थी। एसएसपी ने बताया कि हरियाणा से पुलिस ने कौशल चौधरी गैंग के दोनों शूटरों मनीष उर्फ मनी और ललित कुमार उर्फ ललिती को गिरफ्तार कर लिया है। पुलिस ने इनसे 2 देसी पिस्टल और 7 कारतूस बरामद किए हैं। पुलिस ने रंगदारी की रकम संभालने के आरोप में पवन की मां को पहले से गिरफ्तार करके जेल भेज चुकी है। इस मामले में दिल्ली का गैंगस्टर पवन उर्फ सोनू जाट ही इन दोनों शूटरों को ऑपरेट कर रहा था। ਜਿਹੜੀ ਕਪੂਰਥਲਾ ਵਿੱਚ 7 ਤਰੀਕ ਨੂੰ ਇੱਕ ਮੋਬਾਈਲ ਹਾਊਸ ਦੇ ਬਾਹਰ ਘਟਨਾ ਹੋਈ ਸੀ, ਸ਼ਰੇਆਮ ਫਾਇਰਿੰਗ ਹੋਈ ਸੀ, ਕਾਫੀ ਰਾਉਂਡ ਫਾਇਰਿੰਗ ਦੇ ਚੱਲੇ, ਉਹਦੇ ਵਿੱਚ ਪੁਲਿਸ ਨੂੰ ਕੀ ਸਫਲਤਾ ਮਿਲੀ ਹੈ ਔਰ ਕਿਸ ਤਰ੍ਹਾਂ ਇਹ ਸਾਰੀ ਘਟਨਾ ਹੋਈ ਕੀ ਜਾਂਦਾ ਹੈ? ਮਿਤੀ 7 ਤਰੀਕ ਨੂੰ ਸਵੇ ਸਵੇ ਕਰੀਬ 10:15 ਵਜੇ ਇੱਥੇ ਸ਼ਹਿਰ ਦੇ ਵਿੱਚ ਸਾਡਾ ਇੱਕ ਮੋਬਾਈਲ ਸਟੋਰ ਹੈ ਸ਼ਹਿਰ ਦੇ ਵਿੱਚੋਂ ਵਿੱਚ, ਜਿੱਥੇ ਕਰੀਬ 10:15 ਵਜੇ 2 ਬੰਦੇ ਆਏ, ਅਨਨੋਨ ਬੰਦੇ, ਉਹਨਾਂ ਨੇ ਫਾਇਰਿੰਗ ਕੀਤੀ। ਫਾਇਰਿੰਗ ਕਰਕੇ ਇੱਕ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਔਰ ਫਾਇਰਿੰਗ ਕਰਨ ਤੋਂ ਬਾਅਦ ਉਹ ਇੱਥੋਂ ਫਰਾਰ ਹੋ ਗਏ ਔਰ 2 ਦਿਨ ਬਾਅਦ ਜਿਹੜੇ ਮੋਬਾਈਲ ਸਟੋਰ ਕੇ ਜੋ ਓਨਰ ਹੈ ਉਹਨਾਂ ਨੂੰ ਐਕਸਟ੍ਰੋਸ਼ਨ ਕਾਲ ਦਿੱਤੀ ਔਰ ਉਹਨਾਂ ਤੋਂ ਕੁਝ ਡਿਮਾਂਡ ਕੀਤੀ। ਤੋ ਕਪੂਰਥਲਾ ਪੁਲਿਸ ਨੇ ਬੜੀ ਮਿਹਨਤ ਨਾਲ, ਕਰੀਬ ਸਾਨੂੰ 10 ਦਿਨ ਦਾ ਟਾਈਮ ਲੱਗਿਆ ਇਹ ਅਣਪਛਾਤੇ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਲਾਉਣ ਦੇ ਵਿੱਚ ਸਾਨੂੰ 10 ਦਿਨ ਦਾ ਟਾਈਮ ਲੱਗਿਆ। ਮੈਂ ਤੁਹਾਨੂੰ ਇਸ ਇੰਸੀਡੈਂਟ ਦੀ ਜਿੱਦਾਂ ਜਿੱਦਾਂ ਇੰਸੀਡੈਂਟ ਹੋਇਆ ਹੈ ਮੈਂ ਉਹਦੀ ਪਹਿਲੇ ਘਟਨਾਕ੍ਰਮ ਦਾ ਇੱਕ ਤਰਤੀਬਾਰ ਤੁਹਾਨੂੰ ਵੇਰਵਾ ਦੇ ਦੇਣਾ ਹੈ। ਇਹ ਦੋਨੋਂ ਬੰਦੇ ਜਿਹੜੇ ਅਸੀਂ ਰਾਊਂਡ ਅਪ ਕੀਤੇ ਹੈ ਇਹ ਕੌਸ਼ਲ ਚੌਧਰੀ ਗੈਂਗ ਜਿਹੜਾ ਓਪਰੇਟਿਵ ਹੈ ਹਰਿਆਣਾ, ਗੁੜਗਾਓਂ, ਪੰਜਾਬ, ਰਾਜਸਥਾਨ ਔਰ ਵੈਸਟਰਨ ਯੂਪੀ ਦੇ ਵਿੱਚ ਇਹ ਗਰੁੱਪ ਜਿਹੜਾ ਹੈ ਇਹ ਸਕਰੀ ਹੈ। ਇਹਦੇ ਕਾਫੀ ਸਾਰੇ ਮੈਂਬਰਸ ਹੈ ਔਰ ਇਹ ਆਰਗਨਾਈਜ਼ਡ ਕ੍ਰਾਈਮ ਦੇ ਵਿੱਚ ਸਕਰੀ ਹੈ। ਇਹ ਸਾਰੇ ਬੰਦੇ ਇਹਨਾਂ ਨੇ ਲੋਕਲ ਲੈਵਲ ਤੇ ਆਪਣੇ ਗਰਾਊਂਡ ਲੈਵਲ ਤੇ ਹਰਿਆਣਾ ਔਰ ਯੂਪੀ ਔਰ ਦਿੱਲੀ ਕੇ ਬੰਦੇ ਜੁੜੇ ਹੋਏ ਆਪਣੇ ਨਾਲ, ਇਹ ਸ਼ੂਟਰਸ, ਇਹ ਤਰੱਕੀ ਕਰਨ ਵਾਲੇ ਬੰਦੇ ਸੈਪਰੇਟ ਹੈਗੇ ਔਰ ਚੋਰੀ ਜਿਹੜੇ ਬੰਦੇ ਕਰਦੇ ਹੈ ਪੂਰੇ ਇੰਸੀਡੈਂਟ ਨੂੰ ਅੰਜਾਮ ਦੇਣ ਵਾਸਤੇ ਉਹ ਬੰਦੇ ਇਹਨਾਂ ਦੇ ਸੈਪਰੇਟ ਹੈ। ਇਹ 2 ਬੰਦੇ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਹੈ ਇਹਨਾਂ ਦਾ ਨਾਮ ਹੈ ਮਨੀਸ਼ ਉਰਫ ਮੰਨੀ, ਇਹ ਦੁਦੋਲਾ ਪਿੰਡ ਦਾ ਰਹਿਣ ਵਾਲਾ ਹੈ। ਪਨਵੇਲ ਇਸਦਾ ਜਿਹੜੀ ਕਪੂਰਥਲਾ ਵਿੱਚ